हाँ जी, ओके है सब कुछ। छोड़ो जी, करिए फिर सब तो औखा काम। जड़ा यार बैग बुग बनने का काम होता ना, बहुत औखा काम है। किधर नू कटना, चार चार दे बैग पाए होंगे आप। इतने रख दे सारा परे परे में। आहो तुर के ओ बैग फड़ ला ला ला, उच्च चाबी पई है इधर लगे अपने साइकिल। आ पार्किंग है माड़ी, मोटरसाइकिल लाने वाली, साइकिल लाने वाली। हाँ भी टंगे इतने। आ सब तो पहला काम होंगे अपना बैग बूग बनने, जो बैग बजन फिर टेंशन फ्री हो। अगले पास इधर आहो, सब तो पहले बैग बांधते हैं फिर करते हैं गल करना। सार चढ़ देना, दो दो तीन तीन बैग पाए होंगे लियाने थले। खोल लोग भी अपना वा वा दोवे लग जाते कट्ठे होना। चल बांधे होने थे बैग पैक हो गए, मतलब बैग तो पहलो पैक ही, समान बाल लिया सारा। तो बस हूँ तैयारी अपनी अज, मतलब कल जिथे आप रुके हैं श्रीनगर च रुके हैं गुरद्वारा साहब श्री हेमकोट साहब। अक्सर यात्री मतलब आते जाते रात सवेरे इतने रुकते हैं, लंगर प्रशादा जो मर्जी छको, रहन सहन में बहुत वधिया प्रोग्राम है। अज सफर शुरू करते हैं अगे का, देखते हैं किस तक जाने। तो बस दो तीन तीन या चार दिन, शायद चार दिन तो ज़्यादा है, तीन दिन तक शायद गोबिंद घाट पहुँची है। आप उस तो बाद आप फिर चढ़ाई स्टार्ट करा कुछ श्री हेमकोट साहब की। तो बस महाराज सुख रखे, जिदा खुशी खुशी आने इदा अगे भी रब खुशी खुशी यात्रा करावे। तो इधर अपना वीर भरा नट कसन आ, चल कसला है। पानी गंदा हो और भी कोई टूटी है जल जीला और घड़े जो कह देना घर भर ला यार। ना गया इको भर लिया एक तो बीए नहीं अंदर फिर टाइम बहुत लग जाना है। वीरे दस रहे ऋषिकेश तो ट्रेन चलनी सीधा कर्ण प्रयाग तक करो को चल जो 2026 तक ना। 2026 तक मतलब प्रोजेक्ट लगे आ पहाड़ां दे विच ही सुरंग कट रहे आ। तुसीं इत्थे काम करदे? हां तो कित्थों तुसीं? बठिंडे होणा? बठिंडे रामपुरा ठीक है। अच्छा लखदा ताने वीर दे पिंड दे, बहुत वधिया। ते कित्थों तक चल गई होणा सुरंग? ਇਹ ਸੁਰੰਗ ਬਣ ਕੇ ਹੁਣ 5 ਕਿਲੋਮੀਟਰ ਬਣ ਗਈ। ਬਸ ਇਹ ਮੈਨੂੰ ਲੱਗਦਾ ਵੀ 2024 ਫਰਵਰੀ ਤੱਕ ਓਪਨ ਹੋ ਜਾਣਗੇ। ਓਪਨ ਹੋ ਜਾਣਗੇ ਬਾਅਦ ਚ 26 ਤੱਕ ਪੂਰਾ। ਉਸ ਤੋਂ ਬਾਅਦ ਫਿਰ ਕੰਕਰੀਟ ਹੋ ਗੈਂਟਰੀ ਹੋਊਗੀ। ਬਾਕੀ ਵੇਖੋ ਹੌਲੀ ਹੌਲੀ ਕੰਪਨੀਆਂ ਵੜ ਗਈਆਂ, ਜਦੋਂ ਦੀਆਂ ਪਹਾੜਾਂ 'ਚ ਕੋਈ ਨਾ ਕੋਈ ਪ੍ਰੋਜੈਕਟ ਚੱਲ ਹੀ ਜਾਂਦੇ। ਕਰਨ ਪ੍ਰਯਾਗ ਤੱਕ ਚੱਲੂਗੀ ਰਿਸ਼ੀਕੇਸ਼ ਤੋਂ, ਫਿਰ ਤਾਂ ਬਹੁਤ ਸੌਖਾ ਜੂ ਸਫ਼ਰ। ਘੱਟ ਘੱਟ 3 ਘੰਟੇ ਅੱਛਾ 3 ਘੰਟਿਆਂ ਜੀ
ਬੱਸ ਤੇ ਮੈਂ ਨਾ ਜਿਹੜਾ ਬੰਦਾ ਬੱਸ ਚ ਆ ਕੇ ਉਲਟੀਆਂ ਕਰ ਕਰ ਵੱਧਦਾ ਰਹਿੰਦਾ ਤੇ ਕਰਨ ਪ੍ਰਯਾਗ ਤੱਕ ਟ੍ਰੇਨ ਦਾ ਤਾਂ ਸਫਰ ਹੀ ਨਾ ਬਾਕੀ ਕਰਨ ਪ੍ਰਯਾਗ ਤੱਕ ਟ੍ਰੇਨ ਚੱਲ ਗਈ ਫਿਰ ਤਾਂ ਸਫਰ ਹੀ ਥੋੜਾ ਰਹਿ ਜਾਣਾ ਬਾਕੀ ਜਿਹੜੀ ਹੁਣ ਟ੍ਰੈਫਿਕ ਘਟ ਜਾਣੀ ਛੋਟੀਆਂ ਗੱਡੀਆਂ ਜਿਵੇਂ ਬੰਦ ਹੋ ਜਾਣੀਆਂ ਇਸੀ ਗੇਸ ਤੋਂ ਚੱਲੂਗੀ ਸਿੱਧਾ ਕਰਨ ਪ੍ਰਯਾਗ ਤੱਕ ਟ੍ਰੇਨ ਦੇਖੋ 2024 ਤੱਕ 2026 ਤੱਕ ਚੱਲੂਗੀ ਫਿਰ ਸਫਰ ਹੋਰ ਸੌਖਾ ਹੋ ਜੂਗਾ ਅੱਛਾ 8 ਕਰੋੜ ਦੀ ਮਸ਼ੀਨ ਹੈ ਇਹ ਕਿਦਾਂ ਹੋਲ ਕਰਕੇ ਫਿਰ ਬੰਬ ਲਾਉਂਦੇ ਕਿ ਜਾਂ ਪਹਿਲਾਂ ਬੰਬ ਲਾਉਂਦੇ ਨਾ ਨਾ ਪਹਿਲਾਂ ਹੋਲ ਕਰ ਦਿੰਦੇ 20 ਫੁੱਟ ਦੇ ਉਸ ਤੋਂ ਬਾਅਦ ਫਿਰ ਬਰੂਦ ਭਰ ਕੇ ਫਿਰ ਬਿਜਲੀ ਕਨੈਕਸ਼ਨ ਕਰਕੇ ਡਾਲਦੇ ਫਿਰ ਬੰਬ ਲਾਉਂਦੇ ਡੇਗ ਪੈ ਉਹ ਤਾਈਓ ਜੋਸ਼ੀ ਮੱਠ ਵੀ ਖਿਸਕੰਦੀ ਯਾਰ ਕੀਆਂ ਖਬਰਾਂ ਕੋਰਾ ਪਿੱਛੇ ਜੇ ਹੁੰਦੇ ਹਨਾ ਇਹ ਬੰਬ ਬੰਬ ਲਾਉਂਦੇ ਕੋਈ ਨਾ ਕੋਈ ਚੱਕਰ ਚੱਲਦਾ ਰਹਿੰਦਾ ਹੈ ਜਿਵੇਂ ਹੁਣ ਆ ਰੋਡ ਬੰਦ ਹੋ ਜੇ ਤੇ ਪਹਾੜ ਆ ਜੇ ਸਾਰਾ ਵੱਡੇ ਪੱਥਰ ਮਸ਼ੀਨਾਂ ਕਿੱਧਰ ਸਿੱਟਣ ਹੂੰ ਅੱਛਾ 8 ਕਰੋੜ ਦੀ ਮਸ਼ੀਨ ਪਹਿਲਾਂ ਮੱਲੋ ਨੂੰ ਤੋੜਦੀ ਹੋਣੀ ਥੋੜਾ ਹਲਾਉਂਦੀ ਖਸਤਾ ਜਿਹਾ ਕਰਦੀ ਹੋਣੀ ਆ ਬਾਅਦ ਚੋਂ ਬੰਬ ਲਾ ਕੇ ਬਰੂਦ ਭਰ ਕੇ ਤੇ ਫੇਰ ਕਰਦੇ ਕੰਮ ਸਾਰਾ ਚਲੋ ਵੀਰੇ ਕੋਈ ਨਾ ਮਿਲਦੇ ਫਿਰ ਤੁਹਾਨੂੰ ਮਿਹਰਬਾਨੀ ਸ਼ੁਕਰੀਆ ਹਾਂ ਫਿਰ ਉਹ ਗੱਲਾਂ ਨਾ ਗੱਲਾਂ ਮਿਲ ਜਾਂਦੀਆਂ ਨੇ ਭਾਸ਼ਾ ਨਾ ਭਾਸ਼ਾ ਮਿਲ ਜਾਂਦੀ ਚਲੋ ਮਿਲਦੇ ਵੀਰੇ ਅੱਛਾ ਇਹ 8 ਕਰੋੜ ਦੀ ਹੈ ਬਾਹਰੋਂ ਆਈ ਹੋਣੀ ਫਿਰ ਚਲੋ ਕੋਈ ਨਾ ਮਿਲਦੇ ਫਿਰ ਓਕੇ ਚੰਗਾ ਵੀਰੇ ਕਰਦੇ ਮੈਨੂੰ ਸੈਂਡ ਕੁਝ ਠੀਕ ਹੈ ਗਰਮੀ ਬਹੁਤ ਹੋ ਗਈ ਇਸ ਟਾਈਮ ਉੱਤੋਂ ਰੋਡ ਵੀ ਖਰਾਬ ਆ ਤੇ ਕੱਟਾ ਪੂਰਾ ਤੇ ਥੱਲਿਓ ਚੜਾਈਆਂ ਪਈਆਂ ਪੂਰੀਆਂ ਤੇਜ਼ ਆਓ ਜੀ ਆਓ ਬੱਸਾਂ ਦਾ ਪੂਰਾ ਜ਼ੋਰ ਲੱਗਣ ਡਿਆ ਥੱਲਿਓ ਚੜਾਈ ਚਾਲੂ ਹੋਈ ਆ ਪੂਰੀ ਚੜਾਈ ਘੁੰਮ ਕੇ ਉੱਤੇ ਜਾਣਾ ਪੂਰਾ ਆਪਾਂ ਪਹਾੜ ਦੇ ਸਿਖਰ ਤੇ ਲੰਬਾ ਰਾਹ ਕਰਦੇ ਹਾਂ ਹੌਲੀ ਹੌਲੀ ਤੈਅ ਪਰ ਗਰਮੀ ਬਹੁਤ ਹੋ ਗਈ ਯਾਰ ਪਸੀਨਾ ਰਹਿ ਜਿਵੇਂ ਬਾਲਟੀ ਭਰ ਕੇ ਪਾਣੀ ਪਾਇਆ ਹੁੰਦਾ ਕਹਿੰਦੇ ਉੱਤੋਂ ਘੱਟਾ ਹੈ ਪੂਰਾ ਮੁੰਡਾ ਚੜ੍ਹਾਈ ਚੜ੍ਹ ਕੇ ਆ ਗਿਆ ਹਾਂਜੀ ਕਿੱਦਾਂ ਦਾ ਲੱਗਾ ਫਿਰ ਮੈਂ ਰੇੜ ਕੇ ਚੜਾਇਆ ਇੱਥੇ ਗਾ ਕੇ ਢਲਾਨ ਚ ਨੀ ਆਈ ਉੱਥੇ ਚੜ ਗਿਆ ਮੈਂ ਕਿਹਾ ਚੱਲ ਯਾਰ ਹੁਣ ਹਾਲੇ ਹੋਰ ਸਿੱਧੀ ਆ ਹਾਲੇ ਹੋਰ ਸਿੱਧੀ ਆ ਧੋਪਿਆ ਗਰਮੀ ਬੜੀ ਕੋਈ ਨਾ ਰਸ਼ ਕਰ ਜਾਂਦੇ ਆ ਸਾਨੂੰ ਕਿਹੜਾ ਕੋਈ ਕੰਮ ਤੇ ਔਖਾ ਵਾ ਕਈ ਜੇ ਕਿਹਾ ਜਾਵੇ ਤੇ ਕਿਹਾ ਜਾਵੇ ਤੇ ਕੰਮ ਔਖਾ ਵਾ ਕੰਮ ਉਦੋਂ ਔਖਾ ਵਾ ਜਦੋਂ ਕਰਨ ਡੇ ਹੋਈਏ ਜਦੋਂ ਕੰਮ ਹੋ ਜਾਂਦਾ ਨਾ ਉਦੋਂ ਫਿਰ ਸਰੀਰ ਉੱਦਾਂ ਦਾ ਇੰਨਾ ਨੋਰਮਲ ਸਵੇਰੇ ਸੈੱਟ ਹੁੰਦਾ ਸਾਰਾ ਸਰੀਰ ਜਦੋਂ ਦੁਪਹਿਰ ਹੋ ਜਾਂਦੀ ਉਦੋਂ ਤੇ ਮੱਤ ਵੱਜਣੀ ਵੱਜਣੀ ਯਾਰ ਸਰੀਰ ਆ ਜੇ ਆਪਾਂ ਕਹੀਏ ਕਿ ਖਿੱਚੀ ਚੱਲੀਏ ਕੰਮ ਉਹ ਵੀ ਧੱਕਾ ਵਾ ਇੱਥੇ ਮਸ਼ੀਨਾਂ ਕੰਮ ਕਰਨੀਆਂ ਬੰਦ ਕਰ ਦਿੰਦੀ ਜਿੰਨਾ ਮਰਜ਼ੀ ਪਰਫੈਕਟ ਹੋਵੇ ਜਿੰਨਾ ਮਰਜ਼ੀ ਯਾਰ ਜਿੰਨਾ ਮਰਜ਼ੀ ਪਰਫੈਕਟ ਹੋਇਆ ਬੰਦਾ ਗਰਮੀ ਅੱਗੇ ਕਿਹਦਾ ਜੋਰ ਮੇਰਾ ਬੜਾ ਸਟੈਮਿਨਾ ਜੀ ਬੜਾ ਉਹ ਆ ਮੈਂ ਤੇ ਐਂ ਚੜਾ ਯਾਰ ਜਿਹੜਾ ਬੰਦਾ ਉਹਨੇ ਥੱਕਣਾ ਵਾ ਮਸ਼ੀਨਾਂ ਵੀ ਇੱਕ ਟਾਈਮ ਤੇ ਆ ਕੇ ਥੱਕ ਜਾਂਦੀਆਂ ਤੇ ਫਿਰ ਬੰਦੇ ਆ ਪਰ ਇਹ ਕਿ ਜਦੋਂ ਦੁਪਹਿਰ ਦਾ ਟਾਈਮ ਹੁੰਦਾ ਨਾ ਉਦੋਂ ਮੱਤ ਵੱਧਦੀ ਆ ਜੋ ਸੱਚਾਈ ਆ ਪਰ ਜਦੋਂ ਆਪਾਂ ਸ਼ਾਮ ਜੀ ਹੁੰਦੀ ਨਾ ਥੋੜ੍ਹੀ 4-5 ਕੁ ਵੱਧਦੇ ਆ ਉਦੋਂ ਫਿਰ ਆਪਾਂ ਪੂਰਾ ਕੰਮ ਖਿੱਚ ਦੇਈਦਾ ਉਦੋਂ ਫਿਰ ਇੱਦਾਂ ਖੁਸ਼ੀ ਜਿਹੀ ਹੁੰਦੀ ਕਿ ਹਾਂ ਆਪਾਂ ਸਫ਼ਰ ਕਰਨੇ ਆ ਦੁਪਹਿਰੇ ਜੇ ਤਾਂ ਇੱਕ ਵਾਰੀ ਹੋ ਜਾਂਦਾ ਕਿ ਯਾਰ ਬੜੀ ਗਰਮੀ ਆ ਇੱਦਾਂ ਪਰ ਮਜ਼ਾ ਸਫ਼ਰ ਦਾ ਪੂਰਾ ਜੇ ਇਹ ਨਹੀਂ ਕਿ ਨਹੀਂ ਮਜ਼ਾ ਭਾਵੇਂ ਗਰਮੀ ਆ ਭਾਵੇਂ ਜੋ ਮਰਜ਼ੀ ਆ ਕਿ ਨਹੀਂ ਹੈ ਮਜ਼ਾ ਆਪਣਾ ਸਫ਼ਰ ਦਾ ਆਪਣਾ ਮਜ਼ਾ ਯਾਰ ਜਿੱਥੇ ਮਰਜ਼ੀ ਰੁਕ ਜਾਓ ਸਾਈਕਲਾਂ ਦਾ ਆਇਆ ਜਿੱਥੇ ਦਿਲ ਕਰਦਾ ਲੰਮੇ ਪੈ ਜਾਓ ਜਿੱਥੇ ਮਰਜ਼ੀ ਦਿਲ ਕਰਦਾ ਸੋ ਜਾਓ ਖਾਓ ਪੀਓ ਪਾਣੀ ਪੀਓ ਜਿੱਥੇ ਮਰਜ਼ੀ ਇਹ ਪਤਾ ਨੀ ਕੀ ਯਾਰ ਮਿੱਟੀ ਦਾ ਓਏ ਯਾਰ ਹੁੰਦੀਆਂ ਨੀ ਆ
ਆਵਾ ਪੁੰਡੀਆਂ ਹੀ ਆ ਮਿੱਟੀ ਚੜੀ ਮਿੱਟੀ ਜਿਹੀ ਜੜੀਆਂ ਬਣਾਉਂਦੇ ਨੇ ਕਾਲੀਆਂ ਨਹੀਂ ਆ ਉਹ ਆਏ ਚਲੋ ਕਰਦੇ ਘੜੀ ਰੈਸਟ ਫਿਰ ਸਭ ਸਟਾਰਟ ਕਰਦੇ ਹਾਂ ਇੱਕ ਹੁੰਦਾ ਰਾਹ ਥੋੜ੍ਹਾ ਉੱਤੇ ਥੋੜ੍ਹਾ ਥੱਲੇ ਥੋੜ੍ਹਾ ਉੱਤੇ ਥੋੜ੍ਹਾ ਥੱਲੇ ਅਤੇ ਜੇ ਤੁਹਾਨੂੰ ਸਿੱਧੀਆਂ ਸਿੱਧੀਆਂ ਚੜ੍ਹਾਈਆਂ ਪੈਣਗੀਆਂ ਬਸ ਸਿੱਧਾ ਹੀ ਸਿੱਧਾ ਜਾਈ ਜਾਣਾ ਉੱਤੇ ਦਾ ਉੱਤੇ ਸਮਝ ਲਓ ਕਿ ਉਦੋਂ ਤੱਕ ਤੁਸੀਂ ਚੜ੍ਹਾਈ ਚੜ੍ਹਨੀ ਜਦੋਂ ਤੱਕ ਇੱਕ ਪਹਾੜ ਦੀ ਚੋਟੀ 'ਤੇ ਨਹੀਂ ਪਹੁੰਚਦੇ ਉਹ ਪਹਾੜ ਦੀ ਚੋਟੀ ਤੋਂ ਪਹੁੰਚ ਕੇ ਬਾਅਦ ਤੁਹਾਨੂੰ ਪੈਂਦੀਆਂ ਫਿਰ ਢਲਾਣਾ ਸਿੱਧੀਆਂ ਪਰ ਉਹ ਢਲਾਣਾ ਉਦੋਂ ਪੈਣੀਆਂ ਜਦੋਂ ਤੱਕ ਤਾਂ ਪਹਾੜ ਦੀ ਇੱਕ ਚੋਟੀ ਨਹੀਂ ਹੁੰਦੀ ਮਾਸ ਹੁਣ 740 ਮੀਟਰ ਦੇ ਐਲੀਵੇਸ਼ਨ 'ਤੇ ਸਾਨੂੰ ਉੱਚਾਈ ਪਈ ਸੀ ਪਹਾੜ ਦੀ ਅਤੇ ਉੱਤੇ ਚੜ੍ਹ ਕੇ ਹੁਣ ਆਪਾਂ ਥੱਲੇ ਜਾਂਦੇ ਢਲਾਣ ਤੋਂ ਜੀ ਹੁਣ ਸਾਈਕਲ ਜਾਣਗੇ ਪੂਰੀ ਤੇਜ਼ ਸ਼ੇਰ ਦੇ ਮੂੰਹ ਚੋਂ ਪਾਣੀ ਭਰਨ ਦੇ ਡਰ ਨਹੀਂ ਲੱਗਦਾ ਪਾ ਦੇਣਾ ਸ਼ੇਰ ਦਾ ਜੂਠਾ ਪਾਣੀ ਪੀ ਕਹਿੰਦਾ ਸ਼ੇਰ ਬਣ ਜਾਣਾ ਪਰ ਆਪਾਂ ਤਾਂ ਪਹਿਲੇ ਮੰਮਾ ਸ਼ੇਰ ਹਾਂ ਅਤੇ ਅਸੀਂ ਤਾਂ ਜੰਮ ਰਹੇ ਸ਼ੇਰ ਹੁੰਦੇ ਹਾਂ ਇਹ ਤਾਂ ਗੱਲ ਹੈ ਗੱਲਾਂ ਸਿਆਣੀਆਂ ਕਰਦਾ ਕਈ ਵਾਰੀ ਮੈਂ ਜਿੰਨੀ ਮਾਤਰ ਜੀ ਆਪੇ ਸਿਆਣ ਪਾਈ ਦੀ ਮੇਰੀ ਵੀ ਭਰ ਦੇ ਯਾਰ ਇੱਕ ਦੇ ਤੇਰੀ ਤੋੜ ਨਾ ਮੈਂ ਤੇਰਾ ਕੰਮ ਕਰਨਾ ਤੂੰ ਮੇਰਾ ਘਰ ਕੁਝ ਤੇ ਕਰ ਹੁਣ ਦੀ ਬੱਸ ਹੋ ਗਈ ਵਿਚਾਰੇ ਦੀ ਉਹ ਸਾਹਮਣੇ ਭਾਲੂ ਜੀ ਖਲੋਤਾ ਵਾ ਮਾਮਾ ਦੱਸ ਸਾਡੀ ਵੀ ਕੋਈ ਗੱਲਬਾਤ ਆ ਸਾਡੇ ਵੀ ਡਰ ਹੈਗਾ ਸਾਡੀ ਵੀ ਕੋਈ ਹੋਣ ਲੈ ਗਈ ਭਾਲੂਆਂ ਦੀ ਪਹਿਲਾਂ ਜਦੋਂ ਤੂੰ ਆਪਣੀ ਬੋਤਲ 'ਚ ਪਾਣੀ ਭਰਿਆ ਭਾਲੂ ਦਾ ਨਾਲ ਪਾਣੀ ਬੰਦ ਹੋ ਗਿਆ ਡਰਨਾ ਮੈਂ ਏਡਾ ਖੁਨਖਾਰ ਨਹੀਂ ਆ ਭਰਾ ਮੇਰੇ ਜਾ ਇੰਨੇ ਨਹੀਂ ਸਾਹ ਛੱਡ ਗਿਆ ਵਿਚਾਰਾ ਆਇਆ ਹੀ ਆਇਆ ਕਹਿੰਦਾ ਫਿਰ ਲੈ ਚੈੱਕ ਕਰ ਫਿਰ ਵੀ ਆਪਣਾ ਸੱਜਣ ਵਿਹਲੀ ਆ ਇਹਨੂੰ ਕੀ ਭਾਲਦਾ ਤੇਰੀ ਵੀ ਆਡੇ ਵਾਂਗੂ ਜ਼ਬਾਨ ਨਿਕਲੀ ਬਾਹਰ ਗਰਮੀ ਇਹਨੂੰ ਵੀ ਲੱਗਣ ਡੀ ਹੈ ਨਾ ਪਾਣੀ ਪੀ ਲੈ ਇੱਥੇ ਆ ਕੇ ਆ ਜਾ ਵਿਚਾਰੇ ਦੀ ਜ਼ਬਾਨ ਨਿਕਲੀ ਤੇ ਸਾਡਾ ਭਾਲੂ ਕੀ ਕਰੂਗਾ ਇੱਥੇ ਹੈ ਭਾਲੂ ਇੱਥੇ ਤਾਂ ਉਹਦੀ ਵਿਚਾਰ ਦੀ ਜ਼ਬਾਨ ਨਿਕਲੀ ਜਿਹੜਾ ਇੱਥੇ ਰਹਿਣ ਵਾਲਾ ਲਾਲਾ ਇੱਧਰ ਸਾਈਡ 'ਤੇ ਹੈ ਆਹੋ ਸ਼ੱਕ ਤਾਂ ਹੀ ਖਿਲਾ ਰਿਹਾ ਮੈਂ ਪ੍ਰਸ਼ਾਦੇ ਬਿਨਾਂ ਕਿੱਥੇ ਸਾਈਕਲ ਚੱਲਣਾ 12:30 ਹੋਣ ਵਾਲੇ ਕਿੱਧਰ ਪੈਣਾ ਇੱਧਰ ਪੈਣਾ ਜਾਂ ਸੋਨੂ ਦਾ ਢਾਬਾ ਇਹ ਤਾਂ ਆਪਣਾ ਹੀ ਹੈ ਸੋਨੂ ਦਾ ਢਾਬਾ ਪੈਰ ਥੋੜੇ ਠੰਡੇ ਹੋ ਜਾਂਦੇ ਗਰਮ ਤੇ ਪੂਰੇ ਪੈਰ ਪੱਖਾ ਫਰਾਟਾ ਹੀ ਲੱਗਾ ਹੈ ਕੋਈ ਨਾ ਬਹਿ ਜਾ ਤੂੰ ਬੈਠੇ ਢਾਬੇ ਤੋਂ ਆਰਡਰ ਦਿੱਤਾ ਰੋਟੀ ਦਾ ਦਾਲ ਚੌਲ ਪ੍ਰਸ਼ਾਦਾ ਜਿਹਨਾਂ ਤੱਕ ਕੁਝ ਖਾਧਾ ਨਾ ਹੋਵੇ ਦੁਪਹਿਰੇ ਸਾਈਕਲ ਵੀ ਚੱਲਦਾ ਗਰਮੀ ਪੂਰੀ ਮੱਤ ਮਾਰਦੀ ਹੁਣ ਛਕਾਂਗੇ ਪਹਿਲੋਂ ਪ੍ਰਸ਼ਾਦਾ ਫਿਰ ਅੱਗੇ ਚੱਲੇ ਪਵਾਂਗੇ ਨਹੀਂ ਹੈ ਥੋੜ੍ਹਾ ਠੰਡਾ ਨਹੀਂ ਹੈਗਾ ਭਾਲੂ ਚੱਲ ਫੜ ਪ੍ਰਸ਼ਾਦਾ ਛੱਕ ਅੱਲ ਫੜ ਚਾਰ ਦਾਲ ਸਬਜ਼ੀ ਅਤੇ ਰੋਟੀ ਚਲੋ ਛਕੋ ਚਲੋ ਚੱਲੀਏ ਫਿਰ ਅੱਗੇ ਢਲਾਣੀ ਆ ਜ਼ਿਆਦੀ ਰੁਦਰਪ੍ਰਯਾਗ ਤੱਕ ਬਾਕੀ ਜੇ ਚੜ੍ਹਾਈ ਵੀ ਹੋਊਗੀ ਤਾਂ ਵੇਖ ਲੈਂਦੇ ਹਾਂ ਵੇਖਦੇ ਅੱਜ ਕਿੱਥੋਂ ਤੱਕ ਜਾਇਆ ਜਾਂਦਾ ਗਰਮੀ ਬੜੀ ਆ ਨਹੀਂ ਤਾਂ ਸਾਈਕਲ ਵਾਧੂ ਖਿੱਚਦੀ ਹੈ ਕਿ ਨਹੀਂ ਹਾਂ ਗਰਮੀ ਕਰਕੇ ਮੱਤ ਵੱਧਦੀ ਹੈ ਢਲਾਣ ਭਾਵੇਂ ਨਾਲ ਹੀ ਹੋਵੇ ਪਹਾੜ ਵੀ ਚੜ੍ਹਾ ਦਈਦੇ ਆ ਪਰ ਜਿਹੜੀ ਗਰਮੀ ਆ ਉਹ ਨਹੀਂ ਚਾਹੀਦੀ ਚਲੋ ਚੱਲੀਏ ਪਹਾੜ ਵੇਖਣ 'ਚ ਨਿੱਕੇ ਲੱਗਦੇ ਹੈ ਓਏ ਹੈ ਬਹੁਤ ਵੱਡੇ ਵੱਡੇ ਇਸ ਕਰਕੇ
ਬਾਕੀ ਮਤਲਬ ਗੱਡੀਆਂ ਜਾਣੀਆਂ ਕਿੱਡੀ ਕਿੱਡੀ ਦੂਰ ਉਹ ਚੱਕ ਤੇ ਗੱਡੀਆਂ ਤੇ ਕੁਝ ਲੱਗਦੀਆਂ ਹੀ ਨਹੀਂ ਤੇ ਉਹ ਗੱਡੀਆਂ ਜਾਣੀਆਂ ਸ਼ਰ ਵਿਗੰਢੀਆਂ ਹੁਣ ਕੈਮਰੇ 'ਚ ਉਹ ਚੱਕ ਉਹ ਗੱਡੀ ਜਾਣਦੀ ਹੈ ਗੱਡੀਆਂ ਤੇ ਮਤਲਬ ਕੁਝ ਪਹਾੜਾਂ ਸਾਹਮਣੇ ਹੈ ਹੀ ਨਹੀਂ ਤੇ ਉੱਦਾਂ ਪਹਾੜ ਦੇਖਣ ਨੂੰ ਨਿੱਕੇ ਲੱਗਦੇ ਹੈ ਤੇ ਗੱਡੀਆਂ ਤਾਂ ਐਵੇਂ ਜਿਵੇਂ ਕੀੜੀਆਂ ਜਾਣਦੀਆਂ ਹੁੰਦੀਆਂ ਹੁਣ ਫਿਰ ਘੁੰਮ ਕੇ ਜਾਣਾ ਪੈਣਾ ਉਹ ਉੱਧਰੋਂ ਸਾਰਾ ਆਪਾਂ ਨੂੰ ਹੈ ਨਾ ਚਲੋ ਪਾਓ ਚੱਲੇ ਰੁਦਰਪ੍ਰਯਾਗ ਤੋਂ ਐਂਟਰ ਹੋਣ ਤੋਂ ਪਹਿਲਾਂ ਇੱਕ ਬੋਰਡ ਹੁੰਦਾ ਉਹ ਤੋਂ ਖੱਬੇ ਹੱਥ ਥੱਲੇ ਜਾ ਕੇ ਉਹ ਪੁਲ ਪਾਰ ਕਰਕੇ ਜਾਂਦਾ ਕੇਦਾਰਨਾਥ ਰਾਹ ਚੱਲ ਚੱਲ ਮਾਨਾ 165 ਰਹਿ ਗਿਆ ਬਸ ਖਿੱਚਦੇ ਖਿੱਚਦੇ ਕੰਮ ਹਾਂ ਪਿੱਛੇ ਰੇੜੀ ਜਾਂਦਾ ਇੰਨੀ ਚੜ੍ਹਾਈ ਆ ਕੀ ਪਤਾ ਭਰਾਵਾ ਇੱਕੋ ਦਮ ਇੰਨੀ ਚੜ੍ਹਾਈ ਆਉਂਦੀ ਨਾ ਕੋਈ ਹਿਸਾਬ ਨਹੀਂ ਕੋਈ ਨਾ ਕਰ ਪੱਥਰ ਦੇ ਸਹਾਰੇ ਤੂੰ ਕੀ ਸਾਈਕਲ ਲਾਉਣਾ ਰੁੱਕ ਸਰ ਤੁਹਾਡਾ ਸਾਈਕਲ ਪਾਰਕ ਕਰਦਾ ਜੇ ਬਹੁਤ ਬਹੁਤ ਸ਼ੁਕਰੀਆ ਫਾਜ਼ਿਲਕਾ 640 ਰਿਸ਼ੀਕੇਸ਼ 132 ਇੱਧਰ ਸਾਹਮਣੇ ਹੈਗਾ ਆਪਣੇ ਰੁਦਰਪ੍ਰਯਾਗ ਸ਼ਹਿਰ ਖਾਸਾ ਵੱਡਾ ਸ਼ਹਿਰ ਹੈ ਜੀ ਇੱਧਰ ਮਾਨਾ 165 ਸ਼੍ਰੀ ਬਦਰੀਨਾਥ 160 ਹਾਂਜੀ ਬਾਬਾ ਜੀ ਚੱਲੀਏ ਫਿਰ ਹਵਾ ਤਾਂ ਠੰਡੀ ਹੋਣ ਦੀ ਵੈਸੇ ਗੱਲ ਤੇਰੀ ਸਹੀ ਆ ਬਾਬਾ ਨੀ ਬਾਬੇ ਨੀ ਬੈਠੇ ਹੁੰਦੇ ਗੁਫਾ ਚ ਸਮਾਧੀ ਲਾ ਕੇ ਬਾਬੇ ਹੀ ਬਣ ਗਏ ਪੱਕਰ ਬਣ ਗਏ ਕਿਆ ਪੱਕਰ ਜਿੱਦਾਂ ਬਾਬੇ ਬਣਦੇ ਉੱਦਾਂ ਬੈਠੇ ਆਪਾਂ ਠੱਕਰ ਬੰਦੇ ਹੋ ਗਏ ਆਪਾਂ ਹੁਣ ਵੇਖੀ ਤੋਂ ਗੱਡੀ ਆਊਗੀ ਨਾ ਬਸ ਵਿਖਾਉਂਦੇ ਉਹਦਾ ਕਿੰਨਾ ਜ਼ੋਰ ਲੱਗਣ ਡਿਆ ਹਾਂਜੀ ਚਲੋ ਫਿਰ ਲੈਟਸ ਗੋ ਚਲੋ ਆਪਾਂ ਸੈਰਗੰਜ ਚੱਲੀਏ ਚਲੋ ਜਿੰਨੀ ਵਧੀਆ ਭਾਵ ਕਹਿੰਦੀ ਉੱਠਣ ਦੇ ਨਹੀਂ ਕਹਿੰਦੇ ਜਿੰਨੀ ਵਧੀਆ ਭਾਵ ਕਹਿੰਦੀ ਉੱਠਣ ਦੇ ਨਹੀਂ ਕਹਿੰਦਾ ਕਿ ਕਰਾਂ ਫੋਟੋ ਖਿੱਚਾ ਠੀਕ ਹੈ ਭਰਾ ਹੁਣ ਤੂੰ ਇੰਸਟਾਗ੍ਰਾਮ 'ਤੇ ਛਾਇਆ ਪਿਆ ਤੇਰੀ ਫੋਟੋ ਖਿੱਚਦਾ ਮੈਂ ਲਿਆ ਤੇਰੀ ਫੋਟੋ ਖਿੱਚਾਂ ਹੋਰ ਸਿੱਧਾ ਹੋਰ ਹੋਰ ਬੁਰੀ ਗੱਲਬਾਤ ਆਉਣ ਦੀ ਉੱਜੜੇ ਚਮਨ ਲੱਗਣ ਦੇ ਖਿੱਚੀ ਗਈ ਫੋਟੋ ਚੱਲ ਹੋਰ ਹੋਰ ਕੁਝ ਕੈਮਰਾਮੈਨ ਠੀਕ ਹੈ ਕਿੱਦਾਂ ਬਾਏ ਕਰਨ ਡੀ ਅਸੀਂ ਵਿਚਾਰੀਆਂ ਮੈਂ ਟੋਪੀ ਦੇ ਗਈ ਹਾਲੇ ਮੈਂ ਨਹੀਂ ਖਾਣੀ ਨਹੀਂ ਫਿਰ ਦੋ ਹੈਗੀਆਂ ਮੈਂ ਖਾਣ ਲੱਗੀ ਚੱਲ ਬੱਦਲ ਬੜਾ ਹੋ ਗਿਆ ਨਾ ਬੱਦਲ ਬੜਾ ਹੋ ਗਿਆ ਚੜ੍ਹਾਈ ਜਿੰਨੀ ਮਰਜ਼ੀ ਹੋਵੇ ਕੋਈ ਇਸ਼ੂ ਨਹੀਂ ਮੰਦਾ ਹੌਲੀ ਹੌਲੀ ਚੜ੍ਹਾ ਲੈਂਦਾ ਪਰ ਜਦੋਂ ਹਵਾ ਵਗਦੀਆਂ ਨਾ ਕੋਈ ਤੇਜ਼ ਪੂਰੀਆਂ ਉਦੋਂ ਕੰਮ ਔਖਾ ਹੁੰਦਾ ਚੜ੍ਹਾਈ ਦਾ ਬੰਦਾ ਚਲੋ ਔਖਾ ਸੌਖਾ ਹੋ ਕੇ ਚੜ੍ਹਾ ਲੈਂਦਾ ਉੱਤੋਂ ਅੱਗੋਂ ਹਵਾ ਵੀ ਵਗਣ ਹਵਾ ਤੇ ਮੰਨ ਲਓ ਚੜ੍ਹਾਈ ਆ ਨਾ ਸਾਈਕਲ ਖਿਲਾਰ ਲਈ ਜਾਣਾ ਤੇ ਹਵਾ ਇੰਨੀ ਤੇਜ਼ ਆ ਪਿੱਛੇ ਨੂੰ ਸੁੱਟਦੀ ਹਵਾ ਘਰ ਚਲੋ ਕੋਈ ਨਾ ਰਹਿ ਗਿਆ ਹੋਰ ਘੰਟੇ ਦਾ ਰਾਹ ਰਹਿ ਗਿਆ ਰਹਿ ਗਿਆ ਅੱਜ ਰੋਕਾਂਗੇ ਆਪਾਂ ਨਗਰਾਸੂ ਉੱਥੇ ਗੁਰਦੁਆਰਾ ਸਾਹਿਬ ਹੈਗਾ ਇੱਕ
ਉੱਥੇ ਰੁਕਾਂਗੇ ਬਸ ਰਹਿ ਗਿਆ ਘੰਟੇ ਦਾ ਰਾਹ ਜੇ ਤਾਂ ਹਵਾ ਨਾ ਵੱਜੇ ਅੱਗੋਂ ਫਿਰ ਤਾਂ ਆਪਾਂ ਛੇਤੀ ਲੈ ਜਾਣਾ ਪਰ ਹਵਾ ਬਹੁਤ ਕੰਮ ਖਰਾਬ ਕਰਨ ਦੀ ਪਰ ਕੋਈ ਨਾ ਕੁਝ ਵੀ ਅਜੇ ਜਾਣਾ ਤਾਂ ਹੈ ਹੀ ਉਹ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਹੈ ਚਲੋ ਆ ਜਾਓ ਫਿਰ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਨਗਰਾਸੂ ਉੱਤਰਾਖੰਡ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਹੁਣ ਵੇਖਦੇ ਹਾਂ ਸਾਈਕਲ ਕਿੱਥੇ ਲਾਉਣਾ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਨਗਰਾਸੂ ਮੋਟਰਸਾਈਕਲ ਪਾਰਕਿੰਗ ਹਾਂਜੀ ਬਾਬਾ ਜੀ ਸਾਈਕਲ ਪੁੱਛ ਰਹੀ ਬਾਬਾ ਜੀ ਨੂੰ ਪਹਿਲਾਂ ਗੱਲਬਾਤ ਕਰਕੇ ਕਿੱਥੇ ਲਾਉਣੇ ਹਾਂਜੀ ਗੁਰਦੁਆਰਾ ਸਾਹਿਬ ਪਹੁੰਚ ਹੋ ਗਏ ਹਾਂ ਨਗਰਾਸੂ 'ਚ ਹੁਣ ਕਰਦੇ ਬਾਬੇ ਨਾਲ ਗੱਲ ਸਾਈਕਲ ਸੂਕਲ ਰਹਿਣ ਸਹਿਣ ਦਾ ਕੀ ਕਰਨਾ ਕੀ ਨਹੀਂ ਫਿਰ ਮਿਲਦੇ ਤੁਹਾਨੂੰ ਦਰਖਤ ਦੇ ਨਾਲ ਲਾ ਦੇ ਬੋਰਡ ਵੀ ਗੰਢਿਆ ਬੋਰਡ ਤੈਨੂੰ ਇੱਟਾਂ ਵੀ ਗੰਢਿਆ ਉਹ ਉੱਥੇ ਲਾ ਦਿੰਦੇ ਹਾਂ ਨਹੀਂ ਇੱਕ ਮੰਨੋ ਬਾਕੀ 6 ਬਾਅਦ ਦੇ ਠੀਕ ਹੈ ਜੀ ਅਤੇ ਚਲੋ ਆ ਫਿਰ ਸਾਈਕਲ ਲਾ ਕੇ ਅਤੇ ਕਰੀਏ ਹਾਲ ਹੂਲ ਕੁਝ ਮਿਲਦਾ ਤੇ ਚਲੋ ਉੱਧਰ ਬੱਦਲ ਹਲੇ ਵੀ ਆਉਣਾ ਜਿੱਧਰੋਂ ਆਪਾਂ ਆਏ ਅਤੇ ਬੱਦਲ ਇੱਧਰ ਵੀ ਹੋਇਆ ਇੱਧਰ ਪਿੱਛੇ ਹੈਗੀ ਅਲਕਨੰਦਾ ਨਦੀ ਗੁਰਦੁਆਰਾ ਸਾਹਿਬ ਹਵਾ ਪੂਰੀ ਠੰਡੀ ਹੈ ਨਾ ਇੱਥੇ ਇੱਕਦਮ ਉੱਥੇ ਆਪਾਂ ਜਿੱਥੇ ਨੇੜੀ ਆਈ ਮਾੜੀਆਂ ਮਾੜੀਆਂ ਕਣੀਆਂ ਆਉਂਦੇ ਪਈਆਂ ਮੈਂ ਕਿਹਾ ਲੈ ਵੀ ਅੱਜ ਫੇਰ ਨਹੀਂ ਆ ਗਏ ਬਾਬੂ ਦਿਨ ਗਿਆ ਚੱਲ ਕੋਈ ਨਾ ਯਾਰ ਥੱਕੇ ਆ ਨਿਕਲਦਾ ਇੰਨਾ ਨੀ ਬਣਦਾ ਤੇ ਹੁਣ ਹਾਲ ਮਿਲਿਆ ਆਪਾਂ ਨੂੰ ਬਾਬੇ ਕਹਿੰਦੇ ਉੱਥੇ ਜਾਓ ਸਭ ਤੋਂ ਉੱਤੇ ਠੰਡੀ ਹਵਾ ਗਰੀਬ ਮਾਰਨਾ ਸੋ ਦੂਜੀ ਸਾਈਡ ਤੇ ਨਦੀ ਆ ਮੌਸਮ ਵੀ ਠੰਡਾ ਵਾ ਹੁਣ ਹੀ ਮਤਲਬ ਐਂ ਠੰਡਾ ਠੰਡਾ ਫੀਲ ਹੋਣ ਲੱਗਾ ਦਿਨੇ ਪੂਰੀ ਗਰਮੀ ਇਸ ਟਾਈਮ ਪੂਰਾ ਠੰਡਾ ਫੀਲ ਹੋਣ ਲਿਆ ਕੰਬਲ ਲੈ ਕੇ ਸੋਵਾਂਗੇ ਉੱਥੇ ਆ ਕੇ ਕੱਲ੍ਹ ਵੇਖੋ ਨਗਰਾਸੂ ਸਫ਼ਰ ਸਟਾਰਟ ਕਰਾਂਗੇ ਫਿਰ ਇਹਨੇ ਆ ਕੱਲ੍ਹ ਕਿੱਥੋਂ ਤੱਕ ਜਾਂਦੇ ਹਾਂ ਇਸ ਵਾਰੀ ਆਪਾਂ ਨਾ ਹੁਣ ਜਦੋਂ ਤਾਂ ਆਪਾਂ ਪਹਾੜਾਂ 'ਚ ਐਂਟਰ ਹੋਏ ਨਾ ਸਾਨੂੰ ਕੋਈ ਕਾਹਲੀ ਨਹੀਂ ਆ ਕੋਈ ਜਿੱਦਬਾਜ਼ੀ ਨਹੀਂ ਕਿ ਇੱਥੇ ਜਾਣਾ ਇੱਥੇ ਜਾਣਾ ਇੱਥੇ ਜਾਣਾ ਜਿੱਥੇ ਸ਼ਾਂਤ ਹੈਗੀ ਫਿਰ ਵੀ ਸਰੀਰ ਦੇ ਹਿਸਾਬ ਨਾਲ ਬੜਾ ਖਿੱਚਣ ਕਿਉਂਕਿ ਪਹਿਲਾ ਸਫ਼ਰ ਹੈ ਅੱਡਾ ਯਾਰ ਪਹਾੜਾਂ 'ਚ ਨਾ ਸਾਨੂੰ ਇੰਨੀ ਮਤਲਬ ਸਾਗਰ ਦਲੋਂ ਦੀ ਇੰਨੀ ਆਦਤ ਆ ਨਾ ਸਾਨੂੰ ਮਤਲਬ ਇੰਨਾ ਟਿਕਾਣਾ ਪਤਾ ਕਿ ਹਾਂ ਇੱਥੇ ਰਹਿਣਾ ਇੱਥੇ ਰਹਿਣਾ ਪਹਿਲੀ ਵਾਰੀ ਸਫ਼ਰ ਹੈ ਕੋਈ ਨਾ ਹੌਲੀ ਹੌਲੀ ਸਭ ਸਹੀ ਹੋਈ ਜਿੱਥੇ ਹੱਡੀ ਜ਼ਿਆਦਾ ਮਤਲਬ ਦੁਪਹਿਰੇ ਬੱਸ ਟੈਕਸੀ ਕੁਝ ਵੀ ਆ ਇੱਥੇ ਆ ਕੇ ਰੁਕਦੀ ਆ ਇੱਥੇ ਲੰਗਰ ਪ੍ਰਸ਼ਾਦਾ ਛਕ ਕੇ ਤੇ ਫਿਰ ਸਫ਼ਰ ਸਟਾਰਟ ਹੁੰਦਾ ਇੱਥੇ ਮਤਲਬ ਆਪਾਂ ਅੱਧ ਜਾ ਗਏ ਆ ਤਿੰਨ ਦਿਨ ਅੱਜ ਆਪਾਂ ਨੂੰ ਆਰਾਮ ਨਾਲ ਆਏ ਆ ਕੋਈ ਗਾਲੀ ਨਹੀਂ ਇੱਕ ਤਾਂ ਹੁੰਦਾ ਨਾ ਬੰਦੇ ਨੂੰ ਖਿੱਚਿਆ ਹੀ ਆਪਾਂ ਪਹਿਲਾਂ ਜਦੋਂ ਆਪਾਂ ਆਏ ਹਾਂ ਮੋਟਾ ਸਾਹਿਬ ਤੱਕ ਉੱਧਰ ਉਦੋਂ ਆਪਾਂ ਪੂਰਾ ਸਾਈਕਲ ਖਿੱਚਿਆ ਪਰ ਹੁਣ ਆਰਾਮ ਦੇ ਨਾਲ ਕਿਉਂਕਿ ਪਹਾੜੀ ਇਲਾਕਾ ਵਾ ਆਰਾਮ ਨਾਲ ਬਸ ਵਾਲਾ ਆਰਾਮ ਨਾਲ ਜਾਓ ਕਾਹਦੀ ਗਾਲੀ ਅਸੀਂ ਕਿਹੜਾ ਦਿਨ ਮਿੱਥੇ ਕਿ ਇੱਕ ਦਿਨ ਪਹੁੰਚਣਾ ਹੀ ਪਹੁੰਚਣਾ ਵਾ ਅਤੇ ਸਵੇਰੇ ਫਿਰ ਇੱਥੋਂ ਤੁਰਾਂਗੇ ਅਤੇ ਵੇਹਦੇ ਹਾਂ ਕਿੱਥੇ ਪਹੁੰਚਦੇ ਹਾਂ ਟੀ ਸ਼ਰਟ ਆਵੇ ਉਸਲੇ ਸੁੱਕ ਗਈ ਬਾਕੀ ਕੱਪੜੇ ਕੁੱਪੜੇ ਵੀ ਧੋਣੇ ਆ ਹੋਰ ਵੀ ਬਹੁਤ ਕੰਮ ਕਰਨੇ ਆ ਮਿੰਟ ਮਿੰਟ ਨਹਾ ਧੋ ਕੇ ਅਤੇ ਕੱਪੜੇ ਕੁੱਪੜੇ ਧੋਣੇ ਆ ਲੰਗਰ ਪ੍ਰਸ਼ਾਦਾ ਛਕਾਂਗੇ ਅਤੇ ਫਿਰ ਸੌਂ ਜਾਣਾ ਅਤੇ ਆਪਾਂ ਤੁਹਾਨੂੰ ਮਿਲਾਂਗੇ ਕੱਲ੍ਹ ਨਵੇਂ ਸਫ਼ਰ ਕਰਕੇ ਚਲੋ ਜੀ ਮਿਲਦੇ ਫਿਰ ਤੁਹਾਨੂੰ ਠੀਕ ਹੈ ਜੀ